ਓਏ ਫੜੋ ਮੈਨੂੰ ਦੋਸਤੋ ਕੀ ਹਾਲ ਠੀਕ ਹੋ ਗਰਮੀ ਬਹੁਤ ਜ਼ਿਆਦਾ ਇੰਨੀ ਗਰਮੀ ਹੈ ਕਿ ਇਹ ਵੇਖੋ ਤੁਸੀਂ ਪਸੀਨੇ ਨਾਲ ਜਾਣਾ ਤੋ ਬਾਈ ਹਾਲਾ ਬਹੁਤ ਗਰਮੀ ਫਿਰ ਮਾਲ ਜਾਣਾ ਬਾਰ ਬਾਰ ਧੋਣਾ ਪੈਂਦਾ ਅਤੇ ਅਸੀਂ ਹੁਣ ਇੱਥੇ ਪਹਿਨ ਹੈਗਾ ਜੇ ਗਰਮੀ ਬਹੁਤ ਜ਼ਿਆਦਾ ਔਰ ਡਮੋਕ ਪਹਿਨ ਵਾਸਤੇ ਜੀ ਯਾਰ ਕੀ ਹੋ ਗਿਆ ਜੋ ਪਾਣੀ ਫੜੋ ਇੱਥੋਂ ਪਾਣੀ ਫੜ ਓਏ ਫੜੋ ਮੈਨੂੰ ਉੱਠ ਪਾਣੀ ਪਿਆ ਲਓ ਹੱਥ ਧੋ ਪਾਣੀ ਪੀ ਉਹ ਪਾਣੀ ਪੀ ਹੱਥ ਨਾਲ ਉਹ ਪਾਣੀ ਪੀ ਅੱਛਾ 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 ਮੁੰਨੀ ਓਏ ਮਾਰ ਓਏ ਹੋਸ਼ ਹੋ ਹੈਲੋ ਮੂੰਹ ਸੱਟਾ ਮਾਰ ਸੱਟਾ ਮਾਰ ਇਹ ਕੌਣ ਆ ਮੁੰਡਾ ਮੁੰਡਾ ਬਹੁਤ ਸ਼ੋਰ ਮੂੰਹ ਸੱਟਾ ਮਾਰ ਪਾਣੀ ਪਿਆ ਲਓ ਪਿਆ ਨਹੀਂ ਪਿਆ ਨਾ ਨਾ ਬੋਤਾ ਨਹੀਂ ਡਰਾਮੇ ਕਰਦਾ ਪਿਆ ਜੀ ਗਰਮੀ ਉੱਤੋਂ ਲੈਟ ਵਾਲੇ ਬੜਾ ਤੰਗ ਕਰ ਦਿੰਦੇ ਘੰਟਾ ਆਉਂਦੀ ਹੈ ਤੇ ਇੱਕ ਘੰਟਾ ਜਾਂਦੀ ਹੈ ਪਾਣੀ ਪਿਆਲਿਆ ਮਾਂ ਜੀ ਵੇਖੋ ਮੁੰਨੀ ਦੇ ਪਸੀਨਾ 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 ਆ ਕੇ ਨਾ ਮੁੰਨੀ ਨੇ ਥੱਲੇ ਥੜੀ ਗਿੱਲੀ ਕਰ ਛੜੀ ਨਾ ਪਸੀਨਾ ਮੁੰਨੀ ਬਾਹਰ ਨਾ ਨਿਕਲਿਆ ਘਰ ਕਿੱਥੇ ਗਿਆ ਰਹਾ ਮੁੰਨੀ ਗੇਂਦ ਭਲਾ ਖੇਡਣ ਕ੍ਰਿਕਟ ਖੇਡਣ ਗਿਆ ਨਾ ਮੌਸਮ ਹੈ ਮੱਠੀ ਜੀ ਹਵਾ ਚੱਲੀ ਮੁਨੀ ਸਾਹਿਬ ਪਾਣੀ ਪਿਲਾ ਲੈਣਾ ਮੁੰਨੀ ਹੁਣ ਠੀਕ ਹੈ ਚੱਲ ਉੱਠ ਕਾਰ ਨੂੰ ਫਿਰ ਜਾ ਲੇਟ ਜਾ ਨਹੀਂ ਜਾਣਾ ਇਹ ਉਹਨੇ ਬੱਚਾ ਹੋਸ਼ ਨਹੀਂ ਪੂਰੀ ਹੈ ਇਹ ਹਲਾ ਲੈਂਦਾ ਬਈ ਯਾਰ ਮੁੰਨੀ ਕੋਕ ਵੀ ਨਹੀਂ ਆ ਮੁੰਨੀ ਕੋਕ ਪਲਾ ਦੋ ਓਏ ਹੋਸ਼ ਕਰ ਹੋਸ਼ ਹੈ ਤਸਬੀ ਲਿਆ ਹੋਸ਼ ਜੀ ਤਸਬੀ ਲਿਆ ਦਮ ਕਰੋ ਮੁੰਨੀ ਉਹ ਕੀ ਹੋਇਆ ਤੈਨੂੰ ਮੁੰਨੀ ਬਦਨਾਮ ਹੋ ਗਈ ਹੈ ਥੱਲੇ ਸਿਰ ਤੋਂ ਹੋਇਆ ਸਿਰ ਤੋਂ ਜਾ ਸਿਰ ਜਾ ਸਿਰ ਕੀ ਆਵੇ ਓਏ ਸਿਰ ਤੋਂ ਅਜੇ ਤਾਂ ਸਿਰ ਤਵਾ ਓਏ ਨਹੀਂ ਆਂਦਾ ਸਿਰ ਤੋਂ ਤੁੰਦੀ ਥੱਲੇ ਸਿਰ ਤੋਂ ਖਲੋਜੋ ਖਲੋਜੋ ਆਰਾਮ ਨਾਲ ਦੁੱਧ ਆਰਾਮ ਨਾਲ ਤੂੰ ਸਿਰ ਤੇ ਟੂਟੀ ਵੱਜ ਜਾਣੀ ਆਰਾਮ ਮੁੰਨੀ ਹੁਣ ਠੀਕ ਹੈ ਵੇ ਹਜੜ ਸੈੱਟ ਹੁਣ ਚੱਲ ਤੁਰ ਚੁੱਕ ਲੈ ਇਹਨੂੰ ਸਾਨੂੰ ਚੁੱਕ ਲੈ ਇਹਨੂੰ ਮੁਰਸ਼ਦੋ ਕਹਿੰਦਾ ਪਾ ਕੋਕ ਨਾਲ ਮੈਂ ਸੈੱਟ ਹੋਣਾ ਸਾਦਾ ਪਾਣੀ ਨੇ ਮੁੰਨੀ ਸਾਹਿਬ ਠੀਕ ਹੁਣ ਹੋਇਆ ਕੀ ਹਜੇ ਤੁਸੀਂ ਦੱਸੋ ਹਾਂ ਥੋੜੀ ਜਿਹੀ ਕੀ ਮਤਲਬ ਅਚਾਨਕ ਬੇਹੋਸ਼ ਕਿਉਂ ਹੋ ਗਈ ਕੋਈ ਵਜ੍ਹਾ ਅੱਛਾ ਦੋ ਵਾਰ ਜਨਾਈਆਂ
ਅੱਛਾ ਇੱਥੇ ਆ ਬਹੁਤ ਸ਼ੋਰ ਹੈ ਇੱਥੇ ਆ ਵੇਖੋ ਤੇ ਕਿੰਨੀ ਗਰਮੀ ਹੈ ਤੇ ਇਹ ਤੁਰ ਗਿਆ ਤੇ ਇਹ ਇੰਨੀ ਗਰਮੀ ਚ ਕ੍ਰਿਕਟ ਖੇਡਣ ਉਹ ਵੇਖੋ ਘਰ ਲੈ ਆਪੀਆਂ ਉਧਰ ਵੇਖੋ ਲੋਕ ਪਰਨੇ ਲੈ ਕੇ ਤੇ ਇੰਜ ਤੁਰ ਗਿਆ ਤਾਂ ਹੀ ਵੇਖੋ ਖੇਡਣ ਤੂੰ ਮਤਲਬ ਯਕਦਮ ਚੱਕਰ ਆ ਗਏ ਕੀ ਹੋਇਆ ਸੀ ਤੂੰ ਠੀਕ ਥੋੜਾ ਬਹੁਤਾ ਜਾਂ ਕੋਕ ਤੇ ਨੀ ਪੀਣੀ ਯਾਰ ਸਾਡੇ ਇਹ ਕਿਤੇ ਕੋਕਲੀ ਨਹੀਂ ਹੈ ਸਾਰਾ ਡਰਾਮਾ ਕੀਤਾ ਰੱਬ ਦੇ ਕੰਮ ਗਰਮੀ ਬਰਦਾਸ਼ਤ ਨਹੀਂ ਯਾਰ ਚਾਚਾ ਮੁੰਨੀ ਬੋਸ਼ ਹੋ ਗਿਆ ਤਾਂ ਸੱਚੀ ਮੁੱਚੀ ਲੱਭਦਾ ਰੱਖਿਆ ਤੁਮਾਰੇ ਚਾਚਾ ਬੜਾ ਆਰਾਮ ਦਾ ਡਰਾਮਾ ਕੀਤਾ ਸਾਰਾ ਕੋਕ ਪੀਣ ਲਈ ਸਾਰਾ ਡਰਾਮਾ ਕੀਤਾ ਮੁੰਨਾ ਬੋਸ਼ ਹੋ ਗਿਆ ਚਾਚਾ ਸਾਡਾ ਤਕਰੀਬਨ ਗਲੀ ਦੇ ਮਹੱਲੇ ਦੇ ਸਾਰੇ ਲੋਕ ਬੰਦੇ ਬਾਹਰ ਆ ਗਏ ਨਹੀਂ ਢਾਡੀ ਨੀ ਆਉਂਦੀ ਸੀ ਉਹਨਾਂ ਦੇ ਵਿੱਚ